पंजाब के मशहूर गायक सिद्धू मूसेवाले के हुए कत्ल के बाद दुनिया भर से उनके कातिलों के खिलाफ कार्रवाई की मांग को लेकर रोष प्रदर्शन और मूसेवाले की आत्मा की शांति के लिए कैंडल मार्च निकाला जा रहा है। उसी के चलते पठानकोट के सली रोड से शहर के नौजवानों की ओर से एक कैंडल मार्च निकाला गया है जो शहर के गांधी चौक में सम्पन्न हुआ है। इस मौके पर नौजवानों की ओर से कातिलों पर कड़ी कार्रवाई करने की मांग की गई है। ਸਾਰੇ ਭਰਾਵਾਂ ਨੇ ਮਿਲ ਕੇ ਸਿੱਧੂ ਮੂਸੇਵਾਲੇ ਜੀ ਨਾਲ ਜੋ ਹੋਇਆ ਆਪਾਂ ਉਹਦੇ ਖਿਲਾਫ ਇੱਕ ਰੈਲੀ ਕੱਢੀ ਹੈ, ਇੱਕ ਰੋਸ ਮਾਰਚ ਕੱਢਿਆ। ਅੱਜ 5-6 ਦਿਨ ਹੋ ਗਏ ਆ, ਕੋਈ ਵੀ ਪੂਰੇ ਪੰਜਾਬ 'ਚ ਕੋਈ ਕਾਰਵਾਈ ਨਹੀਂ ਹੋ ਰਹੀ, ਕਿਸੇ ਨੂੰ ਫੜਿਆ ਨਹੀਂ ਜਾ ਰਿਹਾ, ਸਭ ਲੋਕ ਦਿਖਾਵਾ ਕਰ ਰਹੇ ਆ, ਰਾਜਨੀਤੀ ਹੋ ਰਹੀ ਹੈ। ਪਰ ਆਪਾਂ ਅੱਜ ਸਾਰੇ ਯੂਥ ਨੇ ਇਕੱਠਾ ਹੋ ਕੇ ਇੱਕ ਸੰਦੇਸ਼ ਦਿੱਤਾ ਇਹ ਕਿ ਆਪਾਂ ਇਕੱਲੇ ਨਹੀਂ ਹੈਗੇ, ਸਾਡੇ ਨਾਲ ਜੇ ਰਾਜਨੀਤੀ ਨਹੀਂ ਚੱਲਦੀ ਕੋਈ ਚੱਕਰ ਨਹੀਂ ਹੈਗਾ, ਪਰ ਆਪਾਂ ਸਾਰੇ ਇਕੱਠੇ ਹੈਗੇ ਹਾਂ, ਆਪਾਂ ਉਹਨਾਂ ਨੂੰ ਇੱਕ ਅੱਗੇ ਲੈ ਕੇ ਜਾਵਾਂਗੇ। ਠੀਕ ਹੈ, ਇਸ ਰੋਸ ਮਾਰਚ ਨੂੰ ਬਹੁਤ ਵੱਡਾ ਰੋਸ ਮਾਰਚ ਪੂਰੇ ਪੰਜਾਬ 'ਚ ਹੋਏਗਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਬੀਤੇ ਦਿਨੀ ਕੁਛ ਅੰਸ਼ ਛਾਤਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਅੱਜ ਉਸੇ ਸੰਬੰਧ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂ ਦਿੱਤੀ ਗਈ। ਅਤੇ ਅਸੀਂ ਪੰਜਾਬ ਸਰਕਾਰ ਅੱਗੇ ਇਹੀ ਮੰਗ ਕਰਦੇ ਹਾਂ ਜਿਹੜੇ ਦੋਸ਼ੀਆਂ ਨੂੰ ਜਲਦ ਤੋਂ ਜਲਦੀ ਫਾਂਸੀ ਸਜ਼ਾ ਦਿੱਤੀ ਜਾਵੇ ਅਤੇ ਅੱਗੇ ਤੋਂ ਕੋਈ ਇਹ ਜੀ ਗੱਲ ਕਰਨੀ ਸੋਚਦਾ ਉਹਦੇ ਨੱਥ ਪਾਈ ਜਾਵੇ। ਜੇ ਇੱਦਾਂ ਚੱਲਦਾ ਰਿਹਾ ਆਉਣ ਫਿਊਚਰ ਖਰਾਬ ਹੋਏਗਾ, ਇਹ ਨੰਗਲਾ ਪੰਜਾਬ ਦੀ ਗੱਲਾਂ ਕਰਦੇ, ਨੰਗਲਾ ਪੰਜਾਬ ਨਹੀਂ, ਧੁੰਦਲਾ ਪੰਜਾਬ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ।